ਪੰਜਵੇਂ ਪਾਤਸ਼ਾਹ ਮਹਾਰਾਜ ਦਾ ਪਹਿਲਾ ਸ਼ਬਦ, ਫਿਰ ਪਹਿਲੇ ਪਾਤਸ਼ਾਹ ਦੇ ਸ਼ਬਦ, ਹੁਣ ਸ਼ਬਦ ਹਜ਼ਾਰੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਉਚਾਰਨ ਕੀਤੇ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਮਹਾਰਾਜ ਨੇ 712 ਅੰਗ ਤੋਂ ਲੈ ਕੇ 715 ਅੰਗ ਦੇ ਕਰੀਬ 33 ਸਦੀਆਂ ਤੋਂ ਪਹਿਲਾਂ ਇਹ ਉਚਾਰਨ ਕੀਤੇ ਸ਼ਬਦ ਹਜ਼ਾਰੇ। ਹਜ਼ਾਰ ਸ਼ਬਦ ਦਾ ਮਹਾਤਮ, ਔਰ ਇਹਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੋਹਣੀ ਸਿੱਖਿਆ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ। ਸਵਾਉ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤਾਂ ਮਹਾਰਾਜ ਨੇ ਲਿਖਣਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਸ੍ਰੀ ਦਸਮ ਗ੍ਰੰਥ ਵਿੱਚ ਸ਼ੁਰੂ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਾਰੰਭ ਹੋਇਆ। ਜਿੱਥੇ ਵੀ ਬਾਣੀ ਆਰੰਭ ਕਰਨੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਿਚਾਰ ਕਰਦਿਆਂ ਕਰਦਿਆਂ ਮੈਂ ਸ੍ਰੀ ਅਕਾਲ ਉਸਤਤ ਦੇ ਵਿੱਚ ਇੱਕ ਚੀਜ਼ ਪੜ੍ਹੀ, ਕਈ ਵਾਰ ਨਹੀਂ ਵੀ ਧਿਆਨ ਰਿਹਾ। ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਮੈਂ ਪ੍ਰਗਟ ਕਰਨ ਜਾ ਰਿਹਾ ਹਾਂ, ਇਹ ਨਹੀਂ ਕਿ ਪਹਿਲਾਂ ਕਿਸੇ ਬ੍ਰਹਮ ਗਿਆਨੀ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਕਹਿੰਦੇ ਪਹਿਲਾਂ ਵੀ ਬ੍ਰਹਮ ਗਿਆਨੀ ਹੋਏ ਦੁਨੀਆਂ 'ਚ, ਉਹਨਾਂ ਨੂੰ ਪਤਾ ਵੀ ਲੱਗ ਗਿਆ ਸਾਰੀਆਂ ਗੱਲਾਂ ਦਾ, ਪਰ ਉਹ ਬੋਲੇ ਨਹੀਂ ਕੁਛ। ਉਹ ਡਰਦੇ, ਚੁੱਪ ਰਹੇ ਕਿ ਦੁਨੀਆਂ 'ਚ ਵਿਵਾਦ ਨਾ ਹੋ ਜਾਵੇ, ਫਲਾਨਾ ਦੇਵਤਾ ਕੀ ਕਹੇਗਾ, ਫਲਾਨਾ ਦੇਵਤਾ। ਉਹ ਕਾਨ ਕਰੋੜ 'ਚ ਰਹੇ ਥੋੜ੍ਹਾ ਜਿਹਾ। ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਤਾਂ ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਬਿਲਕੁਲ ਸਹੀ ਸਹੀ ਗੱਲ ਕਹਾਂਗਾ, ਮੈਨੂੰ ਕਿਸੇ ਦਾ ਡਰ ਨਹੀਂ। ਤਾਂ ਅਕਾਲ ਉਸਤਤ ਦੇ ਵਿੱਚ ਮਹਾਰਾਜ ਨੇ ਬੜਾ ਕੁਛ ਲਿਖਿਆ। ਇੱਕ ਪ੍ਰਮਾਣ ਮੈਨੂੰ ਯਾਦ ਹੈ, ਕਦੇ ਵਾਹਿਗੁਰੂ ਨੇ ਮਿਹਰ ਕੀਤੀ ਜ਼ਿੰਦਗੀ 'ਚ, ਆਪਾਂ ਆਹਮਣੇ ਸਾਹਮਣੇ ਇਹਦੀ ਵਿਚਾਰ ਕਰਾਂਗੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਨੂੰ ਤੁਸੀਂ ਕੀ ਸਮਝਦੇ ਹੋ? ਮਹਾਰਾਜ ਕਹਿੰਦੇ ਸੂਰਜ ਨੂੰ ਦੇਖ ਕੇ ਕੌਣ ਖਿੜਦਾ? ਕਮਲ ਦਾ ਫੁੱਲ। ਕਹਿੰਦੇ ਜਿਹੜਾ ਬੰਦਾ ਸੂਰਜ ਨੂੰ ਮੰਨਦਾ ਹੈ ਉਹਦੀ ਤਾਂ ਕਿੰਨੀ ਉਪਮਾ, ਕਹਿੰਦੇ ਕਮਲ ਦਾ ਫੁੱਲ ਹੀ ਕਹਿਣਾ ਚਾਹੀਦਾ ਉਹਨੂੰ ਤਾਂ, ਬਸ ਇੰਨੀ ਕੀ ਗੱਲ ਹੀ ਉਹਦੇ 'ਚ। ਜਿਹੜਾ ਬੰਦਾ ਚੰਦਰਮਾ ਨੂੰ ਦੇਵਤਾ ਮੰਨ ਕੇ ਮੱਥਾ ਟੇਕਦਾ, ਚੰਦਰਮਾ ਨੂੰ ਦੇਖ ਕੇ ਕਵੀ ਖਿੜਦੀ ਰਾਤ ਨੂੰ ਚਿੱਟੇ ਰੰਗ ਦੀ ਨੀਲੋਫਰ, ਇਹਦਾ ਨਵਾਂ ਨਾਂ ਨੀਲੋਫਰ, ਜਿਹੜਾ ਆਪ ਨੂੰ ਫੁੱਲ ਕਹਿੰਦੇ ਨੇ। ਸੋ ਕਹਿੰਦੇ ਉਸ ਫੁੱਲ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਨੇ, ਕਵੀਆਂ ਖਿੜਕੀਆਂ ਚਿੱਟੇ ਰੰਗ ਦੀਆਂ ਪਾਣੀ ਵਿੱਚ। ਕਹਿੰਦੇ ਚੰਦਰਮਾ ਨੂੰ ਦੇਖ ਕੇ ਜਿਹੜਾ ਬੰਦਾ ਖਿੜਦਾ ਹੈ, ਪੂਜਾ ਕਰਦਾ ਹੈ, ਉਹਦੀ ਕੀਮਤ ਕਿੰਨੀ? ਕਹਿ ਨੀਲੋਫਰ ਦੇ ਫੁੱਲ ਜਿੰਨੀ ਆ, ਬਸ ਇਸ ਤੋਂ ਵੱਧ ਬੁੱਕਤ ਨਹੀਂ ਹੈ ਉਹਦੀ ਕੋਈ। ਮਹਾਰਾਜ ਨੇ ਐਸੇ ਐਸੇ ਪ੍ਰਮਾਣ ਦਿੱਤੇ, ਉਹਨਾਂ ਪ੍ਰਮਾਣਾਂ ਨੂੰ ਜੇ ਆਪਾਂ ਖੋਦੇ ਪੜ੍ਹ ਲਈਏ ਤਾਂ ਚੰਗਾ ਹੈ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਵਾਹ ਨਾਲ ਬੰਦਾ ਤਰਦਾ ਹੋਵੇ ਤਾਂ ਗਧਾ ਸਵਾਹ ਵਿੱਚ ਹੀ ਲੇਟਦਾ। ਐਸੇ ਪ੍ਰਮਾਣ ਦੇ ਕੇ, ਕਿਤਨੇ ਹੀ ਪ੍ਰਮਾਣ ਦੇ ਕੇ ਫਿਰ ਇੱਕ ਆਪਣਾ ਵਿਚਾਰ ਦਿੰਦੇ ਨੇ ਕੌੜੀ ਦੇ ਅਖੀਰ ਦੇ ਵਿੱਚ, ਫਿਰ ਕਿੰਨੇ ਪ੍ਰਮਾਣ ਦੇ ਕੇ ਫਿਰ ਆਪਣਾ ਵਿਚਾਰ ਦਿੰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਵੀ ਆਪਾਂ ਨੂੰ ਇਹੀ ਉਪਦੇਸ਼ ਕੀਤਾ। ਰਾਮਕਲੀ ਪਾਤਸ਼ਾਹੀ ਦਸਵੀਂ ਰਾਮਕਲੀ ਰਾਗ ਹੈ, ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸ ਨਹੀਂ ਬੋਲਣਾ, ਇੱਥੇ ਵੀ ਲਿਖਿਆ ਆਵੇ ਪਾਤਸ਼ਾਹੀ ਦਸਵੀਂ ਮਹੱਲਾ। ਸੋ ਮਹੱਲਾ ਵੀ ਅਤੇ ਪਾਤਸ਼ਾਹੀ ਵੀ ਅਰਥ ਇੱਕੋ ਹੀ ਹੈ ਦੋਵਾਂ ਦਾ, ਪਰ ਮਹਾਰਾਜ ਨੇ ਪਾਤਸ਼ਾਹੀ ਦਸਵੀਂ ਅੱਖਰ ਵਰਤਿਆ। ਮਹਾਰਾਜ ਫਰਮਾਉਂਦੇ ਨੇ ਬਚਨ, ਰਹਾਉ ਦੀਆਂ ਪੰਗਤੀਆਂ ਪਹਿਲੀਆਂ ਹੀ ਨੇ, ਰੇ ਮਨ ਐਸੋ ਕਰ ਸੰਨਿਆਸਾ। ਸੰਨਿਆਸ ਧਾਰਨ ਕਰਨ ਵਾਲੇ ਲੋਕ ਬਹੁਤ ਸਨ, ਪਹਿਲਾਂ ਤਾਂ ਇਹੀ ਹਾਲ ਸੀ ਲੋਕਾਂ ਦਾ, ਬਸ ਘਰਾਂ ਤੋਂ ਤੁਰ ਪੈਣਾ, ਸੰਨਿਆਸ ਧਾਰ ਲਿਆ। ਸਵਾਧੂਆਂ ਦੇ ਟੋਲਿਆਂ ਦੇ ਟੋਲੇ ਫਿਰਦੇ, ਪਰ ਉਹਨਾਂ ਨੇ ਨਾ ਤਾਂ ਕੁਛ ਆਪਣਾ ਸੁਧਾਰਿਆ ਨਾ ਦੁਨੀਆਂ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦੇ ਨਾਲ ਨਾਰਾਜ਼ ਸਨ ਕਿ ਹਰੇਕ ਬੰਦਾ ਜਦ ਘਰੋਂ ਤੰਗ ਹੋਇਆ, ਚਲੋ ਮੈਂ ਚੱਲਿਆ ਸਾਧੂ ਬਣਨ, ਹਰੇਕ ਬੰਦਾ ਹੀ ਸਾਧੂ ਬਣ ਗਿਆ, ਜਾ ਕੇ ਜੰਗਲਾਂ 'ਚ ਬੈਠ ਗਿਆ, ਮੌਜਾਂ ਲੱਗੀਆਂ, ਨਿਆਣੇ ਘਰ ਰੋਂਦੇ ਨੇ, ਇਸਤਰੀ ਨੂੰ ਖਾਣ ਨੂੰ ਨਹੀਂ ਮਿਲਦਾ। ਇਹ ਦੁਨੀਆਂ 'ਚ ਇੱਕ ਬੜਾ ਭਾਰੀ ਗੁਨਾਹ ਹੋ ਰਿਹਾ ਸੀ,
ਬੜੇ ਯੁੱਗਾਂ ਤੋਂ ਇਹ ਬੱਚਿਆਂ ਅਤੇ ਇਸਤਰੀਆਂ 'ਤੇ ਇੱਕ ਜ਼ੁਲਮ ਹੋ ਰਿਹਾ ਸੀ। ਪਹਿਲਾਂ ਸ਼ਾਦੀ ਕਰਾ ਲਈ, ਬਾਲ ਬੱਚੇ ਹੋ ਗਏ, ਫਿਰ ਕਮਾਈਆਂ ਕਰਨੀਆਂ ਨਹੀਂ, ਨਖੱਟੂ ਹੋ ਕੇ ਬਹਿ ਜਾਣਾ, ਸਾਧੂਆਂ ਨਾਲ ਰਲ ਕੇ ਜਾ ਕੇ ਜੰਗਲਾਂ 'ਚ ਬਹਿ ਜਾਣਾ, ਮੰਗ ਤੰਗ ਕੇ ਖਾ ਲੈਣਾ, ਹਮ ਸਾਧੂ ਬਾਬਾ ਬਣ ਗਏ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਇਹ ਮੇਰੇ ਮਨਾਂ ਇਹੋ ਜਿਹਾ ਸੰਨਿਆਸ ਕਰ, ਤੈਨੂੰ ਜੰਗਲ 'ਚ ਸੰਨਿਆਸੀਆ ਜਾਣ ਦੀ ਕੀ ਲੋੜ ਪੈ ਗਈ। ਬਨ ਸੇ ਸਦਨ ਸਭੈ ਕਰ ਸਮਝੋ, ਸਦਨ ਤੋਂ ਭਾਵ ਘਰ ਹੁੰਦੇ ਨੇ, ਬਨ ਸੇ ਇਹ ਘਰ ਹੀ ਜੰਗਲ ਵਰਗੇ ਸਮਝ ਲਓ। ਤਾਂ ਜਦ ਰਾਤ ਨੂੰ ਦੁਨੀਆ ਸੌ ਜਾਂਦੀ ਹੈ, 12 ਵਜੇ ਤੋਂ ਲੈ ਕੇ ਸਵੇਰੇ 4-5 ਵਜੇ ਤੱਕ ਜੰਗਲ ਹੀ ਹੁੰਦਾ, ਉਜਾੜ ਪਈ ਹੈ, ਸੜਕਾਂ ਖਾਲੀ ਪਈਆਂ ਹੁੰਦੀਆਂ ਨੇ, ਕੋਈ ਆਵਾਜ਼ ਨਹੀਂ ਆਉਂਦੀ, ਸਭ ਲੋਕ ਸੁੱਤੇ ਪਏ ਨੇ, ਜੰਗਲ ਹੀ ਜੰਗਲ ਹੈ ਇੱਕ ਪ੍ਰਕਾਰ ਦਾ। ਇਸ ਕਰਕੇ ਹੁਣ ਤਾਂ ਜੇ ਲਾਈਟ ਚਲੀ ਜਾਵੇ ਤਾਂ ਲੱਗਦਾ ਵਾਕਈ ਜੰਗਲ 'ਚ ਹੀ ਬੈਠੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਂਸੇ ਸਦਨ ਸਭੈ ਕਰ ਸਮਝੋ, ਇਹਨਾਂ ਘਰਾਂ ਨੂੰ ਹੀ ਜੰਗਲ ਵਰਗੇ ਸਮਝ ਲਓ। ਤਾਂ ਘਰ ਵਿੱਚ ਵੀ ਤਾਂ ਵੇਲ ਬੂਟੇ ਲਾਏ ਹੋਏ ਨੇ, ਪਹਿਲਾਂ ਜੰਗਲ ਜਾਓਗੇ ਘਰ ਬਾਰ ਛੱਡ ਕੇ, ਫਿਰ ਉੱਥੇ ਝੌਂਪੜੀ ਬਣਾਓਗੇ, ਕਿਸੇ ਗੁਫਾ 'ਚ ਰਹੋਗੇ, ਫਿਰ ਪਤਾ ਨਹੀਂ ਕਿੱਥੋਂ ਮੰਗ ਤੰਗ ਕੇ ਲਿਆਓਗੇ, ਫਿਰ ਖਾਓਗੇ, ਬਾਲ ਬੱਚੇ ਭੁੱਖੇ ਮਰਦੇ ਨੇ, ਫਿਰ ਘਰਾਂ ਵਿੱਚ ਸੁਰਤੀਆਂ ਘੁੰਮਦੀਆਂ ਰਹਿੰਦੀਆਂ ਨੇ। ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜੰਗਲ ਸਮਝ ਕੇ ਸੰਸਾਰ ਨੂੰ ਮਨ ਹੀ ਮਾਹ ਉਦਾਸਾ, ਕਹਿੰਦੇ ਮਨ ਦੇ ਅੰਦਰ ਹੀ ਵੈਰਾਗਵਾਨ ਹੋ ਜਾਓ। ਬਾਹਰੋਂ ਦੇਖਣ ਨੂੰ ਜ਼ਰੂਰ ਕੰਮ ਤਾਂ ਕਰਨਾ ਹੀ ਪੈਂਦਾ, ਉੱਥੇ ਜਾ ਕੇ ਵੀ ਤਾਂ ਕਰਦੇ ਹੀ ਹੋ, ਉੱਥੇ ਵੀ ਤਾਂ ਐਂ ਡਿਊਟੀਆਂ ਲੱਗਦੀਆਂ ਜਿਵੇਂ ਘਰ 'ਚ ਡਿਊਟੀਆਂ ਹੁੰਦੀਆਂ, ਡੇਰਿਆਂ ਵਿੱਚ ਵੀ ਐਂ ਡਿਊਟੀਆਂ ਲੱਗਦੀਆਂ, ਉੱਥੇ ਕਿਹੜਾ ਕੰਮ ਘੱਟ ਹੁੰਦਾ, ਉੱਥੇ ਸਾਨੂੰ ਘਰ ਨਾਲੋਂ ਵੀ ਜ਼ਿਆਦਾ ਕੰਮ ਹੁੰਦਾ, ਬਹੁਤਾ ਜ਼ਿਆਦਾ ਕੰਮ ਹੁੰਦਾ। ਅਤੇ ਘਰ ਦੇ ਵਿੱਚ ਤਾਂ 4 ਭਾਂਡੇ ਹੁੰਦੇ ਨੇ, ਉੱਥੇ ਪਤਾ ਨਹੀਂ ਕਿੰਨੇ 4000 ਭਾਂਡਾ ਮਾਂਜਣ ਵਾਲਾ ਪਿਆ ਹੁੰਦਾ। ਘਰ ਦੇ ਵਿੱਚ ਤਾਂ ਬੰਦਾ ਕੋਈ ਆਰਾਮ ਕਰ ਲੈਂਦਾ, ਉੱਥੇ ਤਾਂ ਆਰਾਮ ਵੀ ਨਹੀਂ ਹੈ, ਸਾਰੀ ਜ਼ਿੰਦਗੀ ਬੰਦੇ ਨੂੰ ਆਰਾਮ ਨਹੀਂ ਮਿਲਦਾ। ਮਹਾਰਾਜ ਕਹਿੰਦੇ ਫਿਰ ਕਿਉਂ ਨਹੀਂ ਆਪਣੇ ਘਰੇ ਬਹਿ ਜਾਂਦੇ ਆਰਾਮ ਨਾਲ ਟੇਕ ਕੇ, ਮਨ ਦੇ ਅੰਦਰ ਉਦਾਸੀ ਵਿਰਾਗ ਧਾਰਨ ਕਰਕੇ, ਉਹਦੇ ਨਾਲ ਹੀ ਚੰਗਾ ਵਿਰਾਗ ਸਭ ਤੋਂ ਵੱਡੀ ਚੀਜ਼ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਹਿੰਦੇ ਏਡੀਆਂ ਏਡੀਆਂ ਲੰਮੀਆਂ ਜਟਾਂ ਜੋ ਰੱਖੀਆਂ, ਦੇਖਣ ਨੂੰ ਬੰਦਾ ਜਟਾਂ ਰੱਖਣ ਵਾਲਾ ਲੱਗਦਾ, ਬਹੁਤ ਸਾਧੂ ਮਹਾਤਮਾ ਕੋਈ ਹੈਗਾ, ਪਰ ਜੇ ਉਹਨੂੰ ਆਪਾਂ ਪੁੱਛੀਏ ਕਿਉਂ ਬਾਬਾ ਜੀ ਕਾਮ ਕ੍ਰੋਧ ਨੇ ਖਹਿੜਾ ਛੱਡਤਾ ਤੁਹਾਡਾ, ਪਹਿਲਾਂ ਤਾਂ ਉਹ ਕਹੂਗਾ ਕੈਸੀਆਂ ਗੱਲਾਂ ਕਰਦਾ ਤੂੰ, ਅਸੀਂ ਏਡੇ ਵੱਡੇ ਸਾਧੂ, ਹੌਲੀ ਹੌਲੀ ਗੋਡੀ ਗੋਡੀ ਹੱਥ ਲਾ ਕੇ ਮੈਂ ਨਹੀਂ ਦੱਸੋ ਤਾਂ ਸਹੀ, ਨਾ ਬਈ ਕਾਮ ਨੇ ਕਿੱਥੇ ਖਹਿੜਾ ਛੱਡਿਆ ਸਾਡਾ। ਮਹਾਰਾਜ ਫਿਰ ਹੱਸ ਪਏ, ਕਹਿੰਦੇ ਏਡੀਆਂ ਜਟਾਂ ਵਧਾਉਣ ਦਾ ਕੀ ਫਾਇਦਾ ਬਾਬਾ ਜੀ, ਜਤ ਕੀ ਜਟਾ, ਜਿਹੜੀਆਂ ਜਟਾਂ ਨੇ ਅਸਲ ਵਿੱਚ ਬੰਦੇ ਦੇ ਅੰਦਰ ਉਹ ਹੈ ਜਤ ਰੱਖਣਾ, ਜਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤਵੇਦ ਹਥਿਆਰ, ਜਤ ਦੀ ਜਟਾ ਹੋਣੀ ਚਾਹੀਦੀ। ਜਟਾਂ ਜਿਹੜੀਆਂ ਨੇ ਇਹ ਡੁਪਲੀਕੇਟ ਸਮਾਨ, ਬੋਹੜ ਦਾ ਦੁੱਧ ਲੈ ਕੇ ਚੋ ਚੋ ਕੇ ਬਾਟਾ ਭਰ ਲਿਆ, ਨਹਾ ਧੋ ਕੇ ਚੰਗੀ ਤਰ੍ਹਾਂ ਕੇਸੀ, ਉਹ ਬੋਹੜ ਦਾ ਦੁੱਧ ਫਿਰ ਕੇਸਾਂ ਨੂੰ ਲਾ ਲਿਆ ਸਾਰਿਆਂ ਨੂੰ, ਉਹ ਜੁੜ ਗਈਆਂ, ਉਹ ਗੋਲ ਗੋਲ ਜਟਾਂ ਬਣ ਗਈਆਂ। ਇਸ ਕਰਕੇ ਕਿਉਂਕਿ ਆਪਾਂ ਦੇਖਿਆ ਇੱਥੇ ਵੀ ਬੋਹੜ ਸੀ, ਉਹ ਕਿੰਨੀਆਂ ਥੱਲੇ ਤੱਕ ਤਿੜਾਂ ਜਿਹੀਆਂ ਲਮਕਦੀਆਂ ਸੀ ਉਹਨੂੰ, ਹੁਣ ਉਹਦਾ ਬੋਹੜ ਦਾ ਦੁੱਧ ਹੁੰਦਾ ਹੀ ਹੈ, ਜਾਂ ਜਿੱਥੇ ਲਾ ਤਾਂ ਚਿਪਕ ਜਾਂਦੀ ਚੀਜ਼ ਤਾਂ ਜਟਾਂ ਜਿਹੀਆਂ ਬਣ ਜਾਂਦੀਆਂ, ਗਿੱਟਿਆਂ ਤੱਕ ਲੰਬੀਆਂ ਜਟਾਂ, ਅਤੇ ਕਾਮ ਕਰੋ ਲੋ ਮੋਹ ਹੰਕਾਰ ਨਾਲ ਭਰਿਆ ਪਿਆ। ਮਹਾਰਾਜ ਕਹਿੰਦੇ ਇਹਦਾ ਕੀ ਫਾਇਦਾ ਹੈ, ਇਸ ਕਰਕੇ ਜਤ ਰੱਖੋ, ਇਹੀ ਜਟਾਂ ਨੇ। ਜੋ ਕੋ ਮੱਜਨ, ਜਿਹੜਾ ਮੱਜਨ ਹੁੰਦਾ ਪੁਰਬ ਦਾ ਵਿਸ਼ੇਸ਼ ਇਸ਼ਨਾਨ ਕਰਨਾ, ਸੂਰਜ ਗ੍ਰਹਿਣ ਦਾ ਇਸ਼ਨਾਨ, ਦੂਜਾ ਇਸ਼ਨਾਨ, ਤੀਜਾ ਇਸ਼ਨਾਨ, ਕੁੰਭ ਦਾ ਇਸ਼ਨਾਨ, ਅਰਧ ਕੁੰਭੀ ਇਸ਼ਨਾਨ, ਕੱਤੇ ਦੀ ਪੂਰਨਮਾਸੀ ਦਾ ਇਸ਼ਨਾਨ, ਕਈ ਇਸ਼ਨਾਨ ਮੰਨੇ ਨੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਯੋਗ ਕੋ ਮੱਜਨ, ਜਿਹੜਾ ਯੋਗ ਜੁੜਨਾ ਨਾ ਪਰਮੇਸ਼ਰ ਨਾਲ, ਇਹੀ ਮੱਜਨ ਹੈ। ਨੇਮ ਕੇ ਨਖਨ ਵਧਾਓ, ਹੁਣ ਨੌ ਵਧਾ ਲਏ ਲੰਮੇ ਲੰਮੇ, ਅਸਲ ਵਿੱਚ ਤਾਂ ਇਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਐਸੀਆਂ ਚੀਜ਼ਾਂ ਕਰਦੇ ਨੇ, ਕਿਉਂ ਆਪਾਂ ਸੁੱਤੇ ਸਿਰ ਸੜਕ 'ਤੇ ਤੁਰੇ ਜਾ, ਆਪਣੇ ਵੱਲ ਕਿਸੇ ਨੇ ਦੇਖਣਾ ਨਹੀਂ। ਆਪਾਂ ਪਟਿਆਲੇ ਦਾ ਹੀ ਰਹਿਣ ਵਾਲਾ, ਪੈਂਟ ਕਮੀਜ਼ ਪਾਈ ਹੋਈ ਹੈ, ਕੋਈ ਹੋਣਾ ਦਫ਼ਤਰ ਦਾ ਬੰਦਾ, ਕੋਈ ਦੁਕਾਨਦਾਰ ਹੋਣਾ,
ਪਰ ਜਦੋਂ ਬਾਬਾ ਜੀ ਲੰਘੇ ਲੰਮੀਆਂ ਜੱਟਾਂ ਵਾਲੇ ਤਾਂ ਇੱਕਦਮ ਦੁਨੀਆਂ ਦਾ ਧਿਆਨ ਉੱਧਰ ਨੂੰ ਹੋਇਆ। ਲੰਮੀਆਂ ਜੱਟਾਂ ਵਾਲੇ ਤਾਂ ਕਈ ਦੇਖੇ ਨੇ ਪਰ ਫੁੱਟ ਫੁੱਟ ਨੌ ਵਧਾਏ ਹੋਏ ਨੇ। ਉਹਨੂੰ ਦੇਖਣ ਲਈ ਸਾਰੇ ਇਕੱਠੇ ਹੋ ਜਾਂਦੇ, ਫਿਰ ਉਹ ਪ੍ਰੈਸ ਵਾਲੇ ਆ ਜਾਂਦੇ, ਫਿਰ ਉਹਦੀ ਫੋਟੋ ਆਉਂਦੀ ਅਖਬਾਰ 'ਚ, ਇੰਨੇ ਫੁੱਟ ਲੰਮੇ ਨੌ ਬਾਬਾ ਜੀ ਪ੍ਰਗਟ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨੌ ਏਡੇ ਏਡੇ ਵਧਾਏ ਨੇ, ਕੋਈ ਨਿਤਨੇਮ ਵੀ ਕਰਦਾ ਕਿ ਨਹੀਂ ਕਿ ਲੋਕਾਂ ਨੂੰ ਨੌ ਦਿਖਾ ਦਿਖਾ ਕੇ ਬੱਲੇ ਬੱਲੇ ਖੱਟੀ ਜਾਂਦਾ। ਨੇਮ ਕੇ ਨਖਨ ਵਧਾਓ, ਨਿਤਨੇਮ ਦੇ ਨੌ ਵਧਾਓ ਜੇ ਵਧਾਉਣੇ ਆ। ਜਿੱਥੇ ਪੰਜ ਬਾਣੀਆਂ ਕਰਦੇ ਹੋ ਤੁਸੀਂ, ਇਹ ਤਾਂ ਆਪਾਂ ਨੂੰ ਵੀ ਵਿੱਚ ਕਹਿ ਰਹੇ ਨਾਲ, ਪੰਜ ਬਾਣੀਆਂ ਦੀ ਜਗ੍ਹਾ 'ਤੇ ਉੱਥੇ ਦਸ ਕਰ ਲਓ, ਫਿਰ ਤਾਂ ਮੰਨੀਏ ਨੌ ਵਧਾ ਲਏ। ਨੌ ਵਧਾਉਣ ਦਾ ਕੀ ਫਾਇਦਾ? ਨੌ ਜੇ ਸਾਬਣ 'ਚ ਖੁਭਜੇ ਕਿਤੇ ਤਾਂ ਵਾਪਸ ਖਿੱਚੋ ਤਾਂ ਸਾਰਾ ਨੌ ਸਾਬਣ 'ਚ ਹੀ ਰਹਿ ਜਾਂਦਾ। ਨੌ ਵਧਾਉਣਾ, ਡਾਕਟਰ ਮਨਾ ਕਰਦੇ ਨੌ ਨਹੀਂ ਵਧਾਈ ਦੇ, ਵੀ ਇਹਦਾ ਮੈਲ ਫਸ ਜਾਂਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਅੰਦਰ ਜਦੋਂ ਕੋਈ ਅਜੀਬੋ ਗਰੀਬ ਜੀ ਹਸਤੀ ਸਾਹਮਣੇ ਆਉਂਦੀ ਤਾਂ ਲੋਕ ਭੱਜ ਭੱਜ ਕੇ ਦੇਖਣ ਜਾਂਦੇ ਨੇ, ਪਰ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਜਤ ਰੱਖੋ, ਯੋਗ ਦੀ ਕਮਾਈ ਭਾਵ ਜੁੜਨਾ ਪਰਮੇਸ਼ਰ ਨਾਲ ਅਤੇ ਨੇਮ ਦੇ ਨੌ ਵਧਾਉਣੇ ਆਪਣੇ। ਗਿਆਨ ਗੁਰੂ, ਜਿਹੜਾ ਆਪਣਾ ਗੁਰੂ ਹੈ ਵੱਡਾ, ਉਹ ਕੌਣ ਹੈ? ਗਿਆਨ। ਅਤੇ ਗਿਆਨ ਗੁਰੂ ਅਤੇ ਗੁਰੂ ਗਿਆਨ ਦੋਨੋਂ ਇੱਕੋ ਹੀ ਰੂਪ ਨੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤਾਂ ਮਹਾਰਾਜ ਕਹਿੰਦੇ ਗਿਆਨ ਗੁਰੂ, ਜਿਹੜਾ ਗਿਆਨ ਹੈ ਇਸੇ ਨੂੰ ਹੀ ਗੁਰੂ ਬਣਾਓ। ਆਤਮ ਉਪਦੇਸ਼ੋ, ਇਹਦੇ ਨਾਲ ਆਪਣੇ ਆਤਮ ਮਨ ਨੂੰ ਉਪਦੇਸ਼ ਕਰੋ। ਇਕੱਲੇ ਬਹਿ ਜਾਓ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋ। ਗਿਆਨ ਹੀ ਗਿਆਨ ਹੈ, ਜਪਜੀ ਸਾਹਿਬ ਵਿੱਚ ਗਿਆਨ ਹੀ ਗਿਆਨ ਹੈ। ਇਹ ਗਿਆਨ ਹੀ ਜਿਹੜਾ ਸਾਡਾ ਗੁਰੂ ਹੈ। ਇਹ ਕਥਾ, ਇਹ ਸ਼ਬਦ ਦੀ ਕਥਾ, ਇਹ ਸ਼ਬਦ ਦੀ ਵਿਚਾਰ, ਇਹ ਗਿਆਨ ਹੈ, ਇਹੀ ਸਾਡਾ ਗੁਰੂ ਹੈ। ਇਸੇ ਨਾਲ ਆਪਣੇ ਮਨ ਨੂੰ ਉਪਦੇਸ਼ੋ, ਸਮਝਾਓ। ਮਨ ਨੂੰ ਸਮਝਾਉਣਾ ਹੀ ਉਪਦੇਸ਼ ਦੇਣਾ ਹੈ। ਅਤੇ ਪਿੰਡੇ ਦੇ ਉੱਤੇ ਲੋਕ ਸੁਭਾਅ ਮਲਦੇ, ਗੋਹਾ ਇਕੱਠਾ ਕਰਕੇ ਬਾਲ ਕੇ, ਜਦੋਂ ਬਿਲਕੁਲ ਠੰਡਾ ਹੋ ਗਿਆ, ਕੱਪੜ ਛਾਣ ਕਰਕੇ ਬਟੂਆ ਭਰ ਲੈਂਦੇ ਨੇ ਕੱਪੜੇ ਦਾ, ਨਹਾਉਂਦੇ ਵੀ ਨੇ ਮਾੜਾ ਮੋਟਾ ਕਿਤੇ, ਫਿਰ ਪਿੰਡੇ 'ਤੇ ਸਵਾਹ ਮਲ ਲੈਂਦੇ ਨੇ। ਜੇ ਪੁੱਛੋ ਬਾਬਾ ਜੀ ਇਹ ਸਵਾਹ ਮਲੀ ਹੈ, ਉਹ ਕਹਿੰਦਾ ਹਮ ਤੋ ਜਿੰਦਾ ਹੀ ਮੁਰਦਾ ਹੈ, ਮਰੇ ਹੋਏ ਪਹਿਲਾਂ ਹੀ। ਲੋਕਾਂ ਨੂੰ ਇਸ ਢੰਗ ਨਾਲ ਆਪਣੇ ਵੱਲ ਖਿੱਚਣਾ ਕਿ ਲੋਕ ਵੀ ਬੜੇ ਪ੍ਰਭਾਵਿਤ ਹੋ ਜਾਣ, ਵੀ ਸਵਾਹ ਜਿਉਂਦੇ ਨੇ ਮਲੀ ਹੋਈ ਹੈ। ਇਹ ਤਾਂ ਬੜੇ ਪਹੁੰਚੇ ਮਹਾਂਪੁਰਸ਼ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਤਾਂ ਸਾਫ਼ ਕਹਿਣਾ ਨਾਮ ਵਿਭੂਤ ਲਗਾਓ। ਕਹਿੰਦੇ ਜੇ ਵਿਭੂਤੀ ਪਿੰਡੇ ਨੂੰ ਮਲਣੀ ਆ, ਉਹ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਸੋ ਮਹਾਰਾਜ ਕਹਿੰਦੇ ਪਿੰਡੇ ਨੂੰ ਵਿਭੂਤੀ ਲਾਉਣੀ, ਰੋਮ ਰੋਮ ਸਿਮਰਨ ਦੀ ਵਿਭੂਤੀ ਲਾਓ। ਹਰੇਕ ਰੋਮ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ, ਇਹ ਤਾਂ ਹੈ ਵਿਭੂਤੀ। ਰੋਜ਼ ਸਵਾਹ ਮਲ ਲਈ, ਰੋਜ਼ ਨਹਾ ਲਏ। ਸਵਾਹ ਮਲਣ ਦੇ ਨਾਲ ਜੇ ਭਲਾ ਹੋਵੇ ਤਾਂ ਫਿਰ ਖੋਤੇ ਸਾਰਿਆਂ ਨਾਲੋਂ ਪਹਿਲਾਂ ਤਰਨੇ ਚਾਹੀਦੇ, ਫਿਰ ਉਹ ਰੋਜ਼ ਸਵਾਹ 'ਚ ਲਿਟਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੱਥੇ ਤਾਂ ਮਿਲ ਗਿਆ ਫਿਰ ਰੱਜ ਰੱਜ ਕੇ ਖਾਣਾ, ਖਾ ਖਾ ਕੇ ਸੌਂ ਜਾਣਾ, ਸੌਂ ਕੇ ਵਿਸ਼ੇ ਵਿਕਾਰ ਪੈਦਾ ਹੋਣੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਭਾਈ, ਤੁਸੀਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਕਰਮ ਕਰੋ, ਅਲਪ ਆਹਾਰ, ਆਹਾਰ ਜਿਹੜਾ ਅਲਪ ਥੋੜ੍ਹਾ ਜਿਹਾ ਭੁੱਖ ਰੱਖ ਕੇ ਖਾਣਾ, ਜ਼ਿਆਦਾ ਨਾ ਖਾਣਾ। ਅਲਪ ਆਹਾਰ ਕਰਕੇ ਫਿਰ ਸੁਲਪ ਸੀ ਨਿੰਦਰਾ, ਅਲਪ ਅਤੇ ਸੁਲਪ ਦਾ ਇੱਕੋ ਹੀ ਮਤਲਬ ਹੈ, ਸੁਲਪ ਹੁੰਦੀ ਥੋੜ੍ਹੀ ਜਿਹੀ ਨੀਂਦ ਲਓ। ਹਿਸਾਬ ਕਿਤਾਬ ਦੀ ਨੀਂਦ ਠੀਕ ਹੈ, ਬਾਰਾਂ ਬਾਰਾਂ ਘੰਟੇ ਸੌਣਾ, ਉੱਠਣਾ ਹੀ ਨਹੀਂ, ਬਸ ਇੱਕੋ ਹੀ ਗੱਲ ਕਹਿਣੀ ਮੈਂ ਰਾਤ ਨਾ 12 ਵਜੇ ਸੁੱਤਾਂ, ਫਿਰ 10 ਵਜੇ ਉੱਠਣਾ ਜਾ ਕੇ, ਪਹਿਲ ਮੈਂ ਰਾਤ ਲੇਟ ਸੁੱਤਾਂ। ਨੀਂਦ ਇੰਨੀ ਕੁ ਹੈ, ਚਲੋ ਬੱਚਿਆਂ ਦੀ ਨੀਂਦ ਤਾਂ ਜ਼ਿਆਦਾ ਹੁੰਦੀ, ਜਦੋਂ ਉਮਰ ਵੱਡੀ ਹੋ ਜਾਏ ਥੋੜ੍ਹੀ ਜਿਹੀ ਠੀਕ ਢੰਗ ਨਾਲ, ਤਾਂ 12 ਵਜੇ ਸੌਂ ਕੇ ਬਹੁਤੇ ਜ਼ਿਆਦਾ 2 ਘੰਟੇ ਬੰਦਾ ਸੌਂ ਲੈਂਦਾ, ਬਸ 2-3 ਵਜੇ ਤਾਂ
नींद पूरी हो जाती, वध तो वध चार बजे तक नींद पूरी हो जाती है। पर महाराज कहने जोगी नूं कोई ठाउण वाला नहीं, कोई कहण वाला नहीं, ज्यों रज के सुते अज फलाने थां न्यौंदा सी, उत्थे रोटी चंगी सी उत्थे माड़ी सी, फलाने ने चंगी नहीं खवाई, यही देखते रहिंदे ने। चंगीआं खीरां खा के सतगुरु कहने सुते रहने हो, नींद जिहड़ी आ उह घटाओ अपनी। फिर दया छिमा तन प्रीत, तन दा अर्थ नाल, दया ते छिमा दे नाल प्रीति करो, दया रख्या करो मन च। दया थोड़े मन च है नहीं, विशेष करके जदों बंदा दया दा कम करे तां उहनूं भगत कहा जांदा है। जदों बंदे दे अंदर दया ही नहीं है तां फिर उह कादी भगती करेगा। इस करके दया सारयां दा मुढ है। फिर छिमा करनी, किसी तो गलती हो गई सराप दे के तो जिन्हें मर्जी साड़ दियो, गलती हो गई तो सराप दे दिंदे सी पहले लोग। महाराज कहिंदे छिमा छिमा करो, माफ करो, माफ करना वड्डा गुण है। जै छिमा तह आप, जिथे छिमा है उत्थे वाहिगुरु आप है, जिथे दया है उत्थे वाहिगुरु आप है, जिथे संतोख है उत्थे वाहिगुरु आप है। इस करके महाराज कहने इन्हां चंगीआं चीज़ां नाल अपना प्रेम करो, दया दे नाल ते छिमा दे नाल, माफ कर दिओ, छड़ दिओ इहनूं कोई गल नहीं। क्योंकि आपां भी गलतियां आ रही, अपने तो भी गलते गलतियां हो ही जांदियां, कदे दूजे तो भी हो जांदियां। जे तो आप गलती कर ली फिर तो कहना ये कोई नहीं, कोई खास गल नहीं होई। ये दूजा गलती कर ले फिर उन्हें मार मार के अद मोया कर देना भी बड़ी गलती की वड्डी। तो महाराज कहने ऐसा ना करो, माफ कर दिया करो दूजिया नूं। ये महापुरशां दीआं निशानियां, गुरसिखां दीआं निशानियां हुंदियां ने, सील संतोख सदा निर्वाह बो। फिर सील सुभाव होना, इस्त्री का पति वरता होना, उहनूं ये सील है। सील के पंज अर्थ ने, इस्त्री लई तां सील सुभाव पति वरता होना, ते बंदे लई सील सुभाव जिहड़ा शांतमई रहना, किसी ने कोई काम किया उहदा धन्नवादी होना, यह भी लिखा सील सुभा दे विच। सील सुभा ठंडा सुभा, बड़ा सील है बंदा, है कुछ नहीं कहता, कोई गल नहीं, माफ कर देने वाला। फिर महाराज कह रहे सील संतोख सदा निर्वाह बो, इस गुण के निभना करो, हमेशा संतोख रखो, सील सुभा हवैबो। त्रिगुण अतीत, तिना गुणा तो परे, रजो गुण तमो गुण सतो गुण तो परे हो के चौथे पद विच वरतो। ये क्योंकि तिने गुण ही खराब करते ने, देखण तो भावें चंगे ने, सतो गुण चंगा, पर सतो गुण तो अगे भी जाना, कला सतो गुण विच ही नहीं खड़ जाना, तमो ते रजो गुण तो आप पासे ही रहना। काम क्रोध अहंकार लोभ हठ मोह ना मन स्यों लियावै, ये मन दे विच नहीं लियाने, क्योंकि जदों ये मन दे विच आउण लग जाण तां उदों ही परेशान करन लग जांदे ने। महाराज कहिंदे जोगी बनना, गुरसिख बनना, सिंह बनना, महापुरश बनना, उन्हां दे लक्षण दस रहे ने, शुभ गुण किवें धारण करने ने। महाराज कहिंदे कामी ना होवो, क्रोधी ना होवो, हंकारी ना होवो, लोभी ना होवो, हठ नहीं करना। हुण हठ दो प्रकार दा, एक हठ ओ रब नूं मिलना, ये कहना मैं एक लत दे भार खड़ा रब मैनूं मिल, ये गलत किस्म दा हठ हो गया। जां मैं पानी विच खड़ गया 12 साल मैं परमात्मा नूं मिलना, जिद कर लैनी परमात्मा नूं मिल लई, ये जिहड़ी एक हठ जिद दी ढंग दा है, ये नहीं धारण करना। महाराज कहिंदे जिद नहीं करनी। एक हठ हुंदा, एक पासे आपां कहिंदे हठियां जपियां तपियां दी कमाई दा ध्यानतर बोलो जी वाहिगुरु, वो हठी जपी तपी कि हठी कि जिद्दी किस्म का हठ है। एक हठ हुंदा कि चलो पांच पाठ सुखमनी साहब दे कर लिया, छेवां करके ही उठूंगा, यह तो कोई माड़ा नहीं है। एक वो भी जिद है भी मैं रोटी नहीं खानी, मैं आ चीज नहीं करनी। वो जिहड़े पुराने लोग करते जिन्होंने हठ किए ने, हठ नाल शरीर सुका ले, बीमारियां ला लिया,
ਉਹਨਾਂ ਲਈ ਸਤਿਗੁਰੂ ਕਹਿੰਦੇ। ਜਾਂ ਕਈ ਹੱਠ ਕਰਦੇ ਨੇ ਗਲਤ ਕਿਸਮ ਦਾ। ਅੱਜ ਤੋਂ 40-50 ਸਾਲ ਪਹਿਲਾਂ ਇੱਕ ਸਿੰਘ ਹਰਨੇਕ ਸਿੰਘ ਉਹਦਾ ਨਾਮ ਸੀ, ਲੁਧਿਆਣੇ ਜ਼ਿਲ੍ਹੇ 'ਚ ਖੰਡੂਰ ਪਿੰਡ ਪੈਂਦਾ, ਉੱਥੋਂ ਦਾ ਰਹਿਣ ਵਾਲਾ ਸੀ। ਬੜਾ ਭਜਨੀਕ ਸੀ, ਪਾਠ ਤਾਂ ਬੜਾ ਕਰਦਾ ਸੀ, ਪਾਠ ਇੱਕ ਸਿੱਖ ਜਪਜੀ ਸਾਹਿਬ ਦਾ ਰੋਜ਼ ਕਰਨਾ। ਹੁਣ ਉਹਦੇ ਅੰਦਰ ਹੱਠ ਗਲਤ ਕਿਸਮ ਦਾ ਆ ਗਿਆ, ਗਲਤ ਹੱਠ ਇਹ ਆ ਗਿਆ, ਕਹਿੰਦਾ ਮੈਂ 40 ਦਿਨ 101 ਜਪਜੀ ਸਾਹਿਬ ਕਰੂੰ, ਜੇ ਮੈਨੂੰ 40ਵੇਂ ਦਿਨ ਮਹਾਰਾਜ ਨੇ ਨਾਂ ਦਰਸ਼ਨ ਦਿੱਤੇ ਫਿਰ ਮੈਂ ਗੋਲੀ ਮਾਰ ਕੇ ਮਰ ਜੂੰਗਾ। ਇਹ ਉਹਨਾਂ ਦਾ ਗਲਤ ਹੱਠ ਸੀ। ਬੜਾ ਸਮਝਾਇਆ, ਬਹੁਤਿਆਂ ਨੇ ਸਮਝਾਇਆ, ਮੰਨਿਆ ਨਾ, 40ਵੇਂ ਦਿਨ ਗੋਲੀ ਮਾਰ ਕੇ ਮਰ ਗਿਆ ਆਪੇ ਹੀ। ਇਹ ਜਿਹੜਾ ਹੱਠ ਹੈ ਨਾ, ਇਹ ਮਾੜਾ ਹੈ। ਮਹਾਰਾਜ ਨਾਲ ਆਪਾਂ ਕੋਈ ਹੁਕਮ ਥੋੜ੍ਹੀ ਕਰਨਾ, ਮਹਾਰਾਜ ਨਾਲ ਤਾਂ ਬੇਨਤੀਆਂ ਨੇ। ਪਾਵੋਂ ਦਾਨ ਢੀਠ ਹੋਏ ਮੰਗੋ, ਕੋਈ ਨਹੀਂ ਮੰਗਤਾ ਮੈਂ ਕੱਲ੍ਹ ਨੂੰ ਆ ਜਾਊਂਗਾ, ਮੈਂ ਕਿਹੜਾ ਕਿਤੇ ਹੋਰ ਮੰਗਤੇ ਨੇ ਕਿਹੜਾ ਕਿਤੇ ਦਫ਼ਤਰ ਜਾਣਾ ਹੁੰਦਾ, ਤਾਂਹੀਓ ਤਾਂ ਢੀਠ ਬਣ ਕੇ ਉੱਥੇ ਹੀ ਖੜਾ ਨਾ। ਆਪਾਂ ਕਹਿੰਦੇ ਬਾਬਾ ਜਾ ਖੇੜਾ ਛੱਡ, ਉਹ ਕਹਿੰਦਾ ਮੈਂ ਜਾਂਦਾ, ਮੈਂ ਦੇ ਤਾਂ ਦੇ ਕੁਛ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੰਗਤਾ ਜੇ ਅੜ ਕੇ ਖੜ ਜੇ ਕੁਛ ਲੈ ਕੇ ਹੀ ਜਾਂਦਾ, ਤੁਸੀਂ ਵੀ ਅੜ ਕੇ ਖੜ ਜਾਓ। ਮਾਈ ਸੁਲੱਖਣੀ ਨਹੀਂ, ਮੰਗ ਕੇ ਲੈ ਗਈ 7 ਪੁੱਤ। ਮਹਾਰਾਜ ਕਹਿੰਦੇ ਮੇਰੇ ਕੋਲੋਂ ਤਰੀਕੇ ਨਾਲ ਮੰਗ ਲਓ, ਪਰ ਜੇ ਤੁਸੀਂ ਕਹੋ ਵੀ ਹੱਠ ਨਾਲ ਲੈਣਾ ਕੁਛ, ਹੱਠ ਨਹੀਂ ਕਰਨਾ। ਹਾਂ ਉਹ ਹੱਠ ਠੀਕ ਹੈ ਕਿ ਬੈਠ ਕੇ ਸਿਮਰਨ ਕਰਨਾ 5 ਘੰਟੇ, ਚੱਲ ਘੰਟਾ ਹੋਰ ਬੈਠ ਹੀ ਜਾਵਾਂ, ਇਹ ਤਾਂ ਹੱਠ ਚੰਗਾ। ਪਰ ਜੇ ਆਖੋ ਹੋਰ ਪ੍ਰਕਾਰ ਦੀ ਜਿੱਦ ਕਰਨੀ, ਹੱਠ ਕਰਨਾ, ਉਹ ਹੱਠ ਮਾੜੇ ਨੇ। ਹੱਠ ਵੀ 2 ਤਰ੍ਹਾਂ ਦਾ, ਹੰਕਾਰ ਵੀ 2 ਤਰ੍ਹਾਂ ਦਾ, ਕਾਮ ਵੀ 2 ਤਰ੍ਹਾਂ ਦਾ, ਇਹ ਸਾਰੀਆਂ ਚੀਜ਼ਾਂ 2-2 ਤਰ੍ਹਾਂ ਦੀਆਂ ਨੇ। ਮੋਹ ਨਾ ਮਨ ਸਿਓ ਲਿਆਵੇ, ਮਹਾਰਾਜ ਕਹਿੰਦੇ ਮੋਹ ਨਾ ਮਨ ਦੇ ਵਿੱਚ ਲਿਆਵੇ। ਆ ਤਾਂ ਜਾਂਦਾ ਮੋਹ, ਬੜੇ ਬੜੇ ਵਿਸ਼ਿਸ਼ਟ ਮੁਨੀ ਵਰਗੇ, ਵਿਆਸ ਮੁਨੀ ਵਰਗੇ, ਦਸ਼ਰਥ ਜੀ ਵਰਗੇ, ਰਾਮਚੰਦਰ ਜੀ ਦਾ ਮੋਹ ਆਇਆ। ਜਦ ਤੱਕ ਰਾਮਚੰਦਰ ਜੀ ਦੇਖਦੇ ਰਹੇ ਮਹਿਲਾਂ 'ਤੇ ਖੜ ਕੇ ਦੇਖਦੇ ਰਹੇ, ਜਾਂ ਰਾਮਚੰਦਰ ਜੀ ਦਿਸਣੋਂ ਹਟ ਗਏ ਮਹਿਲਾਂ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਦਸ਼ਰਥ ਨੇ ਮੋਹ ਕਰਕੇ। ਵਿਆਸ ਜੀ ਦੇ ਪੁੱਤਰ ਮਰ ਗਏ, ਵਿਆਸ ਜੀ ਨੇ ਵੀ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਪਰ ਮਰੇ ਨਹੀਂ, ਵਸ਼ਿਸ਼ਠ ਮੁਨੀ ਨੇ ਵੀ ਯਤਨ ਕੀਤਾ। ਮੋਹ ਕਰਕੇ ਸਾਰੇ ਕਰਦੇ ਨੇ, ਪਰ ਮਹਾਰਾਜ ਨੇ ਜੇ ਲਿਖਣ ਤੋਂ ਪਹਿਲਾਂ ਕਰਕੇ ਦਿਖਾਇਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੋਹ ਨਹੀਂ ਕੀਤਾ। ਮਹਾਰਾਜ ਕਹਿੰਦੇ ਮੋਹ ਨਹੀਂ ਕਰਨਾ, ਇਹ ਠੀਕ ਹੈ ਉਹ ਆਪਣਾ ਖਾਲਸਾ ਹੈ, ਕਿਤੇ ਨਹੀਂ ਗਏ, ਸਾਡੇ ਕੋਲ ਹੀ ਆ ਗਏ ਨੇ, ਪਰ ਮੋਹ ਨਾ ਮਨ ਸਿਓ ਲਿਆਵੇ। ਜੇ ਬੰਦਾ ਇੰਨੇ ਕਰਮ ਸਹੀ ਕਰ ਜਾਵੇ ਤਬ ਹੀ ਆਤਮ ਤੱਤ ਕੋ ਦਰਸੇ, ਆਤਮ ਤੱਤ ਜੋ ਆਪਣੇ ਸਰੂਪ ਦਾ ਦਰਸ਼ਨ ਕਰ ਲੈਂਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਤਬ ਹੀ ਆਤਮ ਤੱਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਦਸਮ ਦੀ ਬਾਣੀ ਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥੋੜ੍ਹਾ ਥੋੜ੍ਹਾ ਫਰਕ ਹੈ ਮਹਾਰਾਜ, ਕਿਉਂਕਿ ਦਸਵੇਂ ਪਾਤਸ਼ਾਹ ਇੱਕ ਤਾਂ ਬਹੁਤਾ ਪਟਨਾ ਸਾਹਿਬ ਵੱਲ ਵੀ ਰਹੇ ਨੇ, ਇੱਕ ਤਾਂ ਬੋਲੀ ਮਹਾਰਾਜ ਨੇ ਲਗਭਗ ਉਹਨੇ ਬ੍ਰਿਜ ਭਾਸ਼ਾ ਨੂੰ ਕਾਫ਼ੀ ਵਰਤਿਆ, ਸੰਸਕ੍ਰਿਤ ਨੂੰ ਕਾਫ਼ੀ ਵਰਤਿਆ ਮਹਾਰਾਜ ਨੇ। ਇੱਥੇ ਚਾਹੀਦਾ ਤੁਸੀਂ ਪਰਮ ਪੁਰਖ ਕਹੋ ਪਾਵੈ, ਕਹੋ ਪਾਵੈ, ਪਰ ਹੁਣ ਇੱਥੇ ਤਾਂ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਪਰਮ ਪੁਰਖ ਕਹਿ ਪਾਵੈ, ਕੱਕਾ ਅਤੇ ਹਾਹਾ ਮੁਕਤਾ ਹੀ ਲਿਖਿਆ ਹੋਇਆ। ਭਾਵ ਇੱਥੇ ਪਰਮ ਪੁਰਖ ਕਹੁ ਪਾਵੈ, ਕਹਿ ਦਾ ਅਰਥ ਹੀ ਕਹੁ ਹੈ। ਮਹਾਰਾਜ ਕਹਿੰਦੇ ਪਰਮ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਉਹ ਜੀਵ ਜਿਹੜਾ ਆਤਮ ਤੱਤ ਦੇ ਦਰਸ਼ਨ ਕਰਦਾ, ਇੰਨੇ ਸਾਰੇ ਪਿੱਛੇ ਦੱਸੇ ਅਸੂਲਾਂ ਨੂੰ ਨਿਭਾਵੇ। ਜਿਹੜਾ ਅਸੂਲ ਨਿਭਾਉਣੇ ਔਖੇ ਨਹੀਂ, ਆਪਣਾ ਮਨ ਬਣਾਓ, ਜੇ ਮਨ ਬਣਾ ਲਈਏ ਤਾਂ ਆਪਾਂ ਅਸੂਲ ਨਿਭਾ ਵੀ ਸਕਦੇ ਹਾਂ। ਮਹਾਰਾਜ ਇੰਨੇ ਅਸੂਲ ਨਿਭਾਉਣੇ ਔਖੇ ਹੈ। ਮਹਾਰਾਜ ਕਹਿੰਦੇ ਇਹ ਤਾਂ ਮੈਂ ਤੈਨੂੰ ਵੈਸੇ ਹੀ ਦੱਸੇ ਨੇ, ਕਰਾਵਾਂਗਾ ਤਾਂ ਮੈਂ ਤੈਨੂੰ ਖੁਦ ਹੀ ਕਰਾਵਾਂਗਾ ਸਾਰਾ ਕੁਛ, ਬਸ ਤੈਨੂੰ ਮੈਂ ਹੋਰ ਕੁਛ ਨਹੀਂ ਕਹਿੰਦਾ, ਤੈਨੂੰ ਇੱਕੋ ਗੱਲ ਕਹੀ ਸਿਮਰਨ ਕਰੀ ਜਾ। ਇਹ ਸਾਰਾ ਕੁਝ ਸਿਮਰਨ ਦੇ ਵਿੱਚੋਂ ਪ੍ਰਗਟ ਹੋ ਜਾਣਾ, ਜਿੰਨਾ ਕੁਝ ਤੈਨੂੰ ਕਿਹਾ ਨਾ, ਜੇ ਤੂੰ ਸਿਮਰਨ ਕਰੇਗਾ ਸੰਨਿਆਸਾ ਵੀ ਹੋ ਜਾਏਗਾ, ਉਦਾਸਾ ਵੀ ਹੋ ਜਾਏਗਾ, ਜਾਤ ਵੀ ਆ ਜਾਵੇਗਾ, ਮੱਜਨ ਵੀ ਹੋ ਜਾਵੇਗਾ, ਨੇਮ ਵੀ ਬਣ ਜਾਵੇਗਾ, ਗਿਆਨ ਵੀ ਹੋ ਜਾਏਗਾ, ਵਿਭੂਤੀ ਵੀ ਲੱਗ ਜਾਏਗੀ, ਥੋੜ੍ਹਾ ਵੀ ਖਾਣ ਲੱਗ ਜਾਏਗਾ, ਥੋੜ੍ਹਾ ਸੌਣ ਵੀ ਲੱਗ ਜਾਏਗਾ, ਦਇਆ ਵੀ ਤੇਰੇ 'ਚ ਆ ਜਾਵੇਗੀ, ਛਿਮਾ ਵੀ, ਸੀਲ ਸੰਤੋਖ ਵੀ ਆ ਜਾਵੇਗਾ, ਤਿੰਨਾਂ ਗੁਣਾਂ ਤੋਂ ਅਤੀਤ ਵੀ ਹੋ ਜਾਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਵੇਗਾ,
बस एक काम कर ले। वाहे गुरु वाहे गुरु। वाहे गुरु वाहे गुरु। फिर उपदेश कहते ने बचन राम कली पातशाही दसवीं। राम कली राग दसवें पातशाह महाराज बख्शिश करते ने। रे मन, कल भी कहते सी मन नहीं समझा दूजे नू। फिर कहने रे मन ये बिद जोग कमाओ। सामने किन्ने जाने बैठे होण उन्हानू नहीं कहते उत्तम बक्ते की निशानी है अपने आप नू कह के दूजे नू समझा। रे मन हुण तां आपां अपने मन नू ही कहांगे ये बिद जोग कमाओ। इस तरीके नाल योग दी साधना साधो, इस तरह योग दा कमाउणा करो कि वह जिहड़ियां सारियां चीज़ां ने सवाह मलनी उठे लटकना पानी च खड़ना जिन्ना भी कुछ है तेरा योग दा वह कम नहीं आउणा। सिंगी हुंदी है सो बजाउण वास्ते जो रोटी तैयार होगी जां खुशी जा के सिंग जिहा हुंदा इक हरन दा वह बजाते ने। महाराज कहने एवं फालतू दिखावे जे करी जाना। कई चीज़ा फैशनेबल जी होंगे ने तुसी हाथ ला के पुछो भी आ की है वो ये कहने लोगों नू खिंचन वास्ते एवं है। यदा मतलब कोई नहीं, दुनिया अंदर किसी चीज़ का कोई मतलब नहीं हुंदा है। पर जदों फैशनेबल चीज़ा आ जांदियां ने डेकोरेशन च आप पुछो ये की है कहने बस देखी चल हाथ ना ला। दुनिया नू भरमाउण लई डेकोरेशन की जाती है। इस तरह योगी ने सिंगी हच फड़िया सी कि पता नहीं की फड़िया होया पता नहीं की मंत्र मार देवेगा यह। महाराज कहने सिंगी साच सच दी सिंगी फड़ जे फड़नी है। सिंगी फड़ के झूठ बोले जाना, सिंगी फड़ के नाम नहीं जपदा, ये सिंगी का की फायदा। दसवें पातशाह कहने तू होर किसी नूं भरमाई, मैनू नहीं भरमा सकता तू, लोगों जरूर चक्कर च पा लेंगा पता नहीं बाबे ने हच की फड़िया सिंगी जी की फड़ी फिरदा पता नहीं गिदड़ सिंगी आ। वो योगी जे किसे आउणगे घरे वह सिंगी जी एवं दे मोढ़े लाने सिर ते रख देणगे दो मिंट तो आपां वी इंप्रैसिव हो जाने हैं। लै भी पता नहीं अज बाबा ला तां गया सिर नूं देखो की बणदा हुण, पता नहीं मैं हुण करोड़पति बन जाना, पता नहीं हुण मेरा की बन जा, बणदा बणदा कुछ नहीं हुंदा। महाराज कहिंदे सिंगी साच सच दी सिंगी फड़। फिर महाराज कहिंदे रुद्राक्ष की वड्डी सारी माला पाई हुई है ऊं कपट करदा फिरदा लोगों के नाल, एवें एक अद्धा रुद्राक्ष थैले जे जो कढ के देणगे संधूर जिहा ला के, लै बच्चा इन्हों अपनी गोलक च रखी देखी माया वधदी। फिर आपां भी खुश हो के 101 रुपया दिंदे उहनू। ओह साडे नाल तां उही चंगा रहा 101 लैके चलिया गया ते सानू तां उह दे गया इक रुद्राक्ष। साडी माया वधनी खानी नहीं वधनी, उहदी तां वध गई। ओह महाराज सच्चे पातशाह कहिंदे क्यों कपट करदा है? कपट कंठला, इह कंठला कंठ विच पाउण वाला रुद्राक्ष दा कंठा पाया होया। असल कंठा है अकपट जीवन। जेड़े बंदे दा जीवन कपटी है वह कंठला पा के की करूगा, तो भावें 10 रुद्राक्ष दियां माला पा लवे। इस करके अपने जीवन नूं अकपट बनाओ। महाराज ने पहला कहता कि मैं किसी तो डरना नहीं गा, जे कोई कहे भी पुराने ब्रह्म ज्ञानियों वांगू वह थोड़ा जिहा झिझकदे सी। इस करके क्योंकि उन्होंने अधीन सीगे। महाराज कहते मैं तो किसी के अधीन नहीं हैगा, मैं तो सारी गल क्लीयर करूँगा, साफ साफ गल करूँगा। ध्यान विभूत चढ़ाओ, कहते विभूति पिंडे नूं मलन की लोड़ नहीं, जिहड़ा परमेश्वर च ध्यान लाउणा यही विभूति है। शरीर यही दिखाउणा ना कहते मुरदा,
ਸੁਆਹ ਮਲਣ ਦਾ ਮਤਲਬ ਕੀ ਹੈ? ਜੇ ਪੁੱਛਿਆ ਸੁਆਹ ਕਿਉਂ ਮਲੀ, ਕਹਿੰਦੇ ਹਮ ਤੋ ਜਿਉਂਦੇ ਹੀ ਮਰੇ ਹੋਏ ਹਾਂ,